हजरात एक जरूरी ऐलान सुनो, मेरे मुल्क च सैलाब आया है जिन्हें बड़ी तबाही मचाई हुई है। ये सैलाब की वजह तो हर चीज महंगी हो गई है। प्याज 300 रुपये किलो हो गया है, टमाटर 500 रुपये किलो हो गया है, 4,000 वाला खेमा 15,000 रुपये का हो गया है। इस तरह सारिया चीज़ों दी कीमत 5-6 गुना हो गई ने। मेरे पाकिस्तानी भराओ, ये तुहाडे वास्ते एक सुनहरी मौका है। जे तुहाडे कोल कंबल, खेस, चादर, कोई पाटे पुराने कपड़े अजाफी मौजूद ने, वो तुसी 4-5 गुना वध रेट से बेच सकते हो। ये ना सोचा जे कि सैलाब विच बंदे मर गए ने, मकान ढह गए ने, अरबां का नुकसान हो गया है। जिन्हें भी बंदे मरे ने अल्लाह के हुक्म नाल मरे ने, ਇਹਦੇ ਵਿੱਚ ਤੁਹਾਡਾ ਕੋਈ ਕਸੂਰ ਨਹੀਂ। ਮੌਲੇ ਨੂੰ ਮੌਲਾ ਨਾ ਮਾਰੇ ਤੇ ਮੌਲਾ ਨਹੀਂ ਮਰਦਾ। ਛੇਤੀ ਛੇਤੀ ਆਪਣੀਆਂ ਚੀਜ਼ਾਂ ਵੱਧ ਰੇਟ ਤੇ ਵੇਚ ਲਓ। ਉਹ ਨਾ ਹੋਵੇ ਅੰਗਰੇਜ਼ ਕਾਫਰ ਬਾਹਰੋਂ ਚੋਖਿਆ ਸਮਾਨ ਘੱਲ ਦੇਵੇ ਤੇ ਫਿਰ ਤੁਹਾਡਾ ਸਮਾਨ ਵਿਕੇ ਹੀ ਨਾ, ਕਿਉਂਕਿ ਅੰਗਰੇਜ਼ ਕਾਫਰ ਦੀਆਂ ਚੀਜ਼ਾਂ ਦਾ ਇੱਕ ਬੜਾ ਵੱਡਾ ਨੁਕਸਾਨ ਹੈ ਕਿ ਜਦੋਂ ਵੀ ਉਹਨਾਂ 'ਤੇ ਕੋਈ ਮੁਸੀਬਤ ਆਉਂਦੀ ਏ ਤੇ ਉਹਨਾਂ ਦੀਆਂ ਚੀਜ਼ਾਂ ਦਾ ਰੇਟ ਅੱਧਾ ਰਹਿ ਜਾਂਦਾ ਹੈ। ਅਤੇ ਸਾਡੀਆਂ ਚੀਜ਼ਾਂ ਅੱਲਾਹ ਦੇ ਫਜ਼ਲ ਨਾਲ ਹਾਈ ਕੁਆਲਿਟੀ ਦੀਆਂ ਨੇ। ਇਹਨਾਂ ਦੀਆਂ ਕੀਮਤਾਂ ਮੁਸੀਬਤ ਵੇਲੇ ਘਰ ਪਈਆਂ ਦੀਆਂ 4-5 ਗੁਣਾ ਵੱਧ ਜਾਂਦੀਆਂ ਨੇ। ਲਿਹਾਜ਼ਾ ਤੁਸੀਂ ਇਨਸਾਨੀ ਹਮਦਰਦੀ ਦੇ ਚੱਕਰਾਂ 'ਚ ਨਾ ਪਿਆ ਜੇ, ਇਸ ਮੌਕੇ ਤੋਂ ਫਾਇਦਾ ਉਠਾਓ। ਅਤੇ ਨਾਲੇ ਉਮਰੇ ਵੀ ਖੁੱਲ੍ਹੇ ਹੋਏ ਨੇ, ਇਸ ਕਮਾਈ ਨਾਲ ਤੁਸੀਂ ਉਮਰਾ ਵੀ ਕਰ ਸਕਦੇ ਹੋ। ਇਹ ਸੈਲਾਬ ਰੋਜ਼ ਰੋਜ਼ ਜੇ ਆਉਣਾ, ਫਿਰ ਸਾਲ ਬਾਅਦ ਇਹ ਮੌਕਾ ਮਿਲਣਾ ਜੇ, ਹੋ ਸਕਦਾ ਹੈ ਉਦੋਂ ਤੱਕ ਜ਼ਿੰਦਗੀ ਰਵੇ ਨਾ ਰਵੇ। ਪਹਿਲੇ ਵੀ ਸਾਡੇ ਪਾਕਿਸਤਾਨੀ ਭਰਾਵਾਂ ਨੇ ਬੜਾ ਫਾਇਦਾ ਉਠਾਇਆ ਸੀ। ਕਰੋਨਾ ਦੇ ਦਿਨਾਂ ਵਿੱਚ 10 ਰੁਪਏ ਦਾ ਮਾਸਕ 150 ਰੁਪਏ ਦਾ ਦਿੱਤਾ ਸੀ ਅਤੇ ਅੱਜ ਉਹ ਬੜੇ ਸੌਖੇ ਨੇ। ਇੱਕ ਬੜੀ ਅਹਿਮ ਅਤੇ ਜ਼ਰੂਰੀ ਗੱਲ ਇਹ ਵੇ ਕਿ ਇਹ ਸਹੂਲਤ ਮੇਰੇ ਪਾਕਿਸਤਾਨੀ ਭਰਾਵਾਂ ਨੂੰ ਸਿਰਫ ਪਾਕਿਸਤਾਨ ਵਿੱਚ ਦਸਤੀਆਬ ਏ, ਕਿਉਂਕਿ ਇੱਥੇ ਕੋਈ ਪੁੱਛਣ ਵਾਲਾ ਨਹੀਂ। ਕਿਸੇ ਹੋਰ ਮੁਲਕ ਵਿੱਚ ਜਾ ਕੇ ਚਵਲ ਨਾ ਮਾਰਿਆ ਜੇ, ਲਿੱਤਰ ਬੜੇ ਪੈਣਗੇ, ਕਿਉਂਕਿ ਉੱਥੇ ਆਫਤ ਨੂੰ ਆਫਤ ਸਮਝਿਆ ਜਾਂਦਾ ਹੈ, ਕਾਰੋਬਾਰ ਨਹੀਂ। ਐਲਾਨ ਖਤਮ ਹੋਇਆ।